ਉੱਥੇ ਠੀਕ ਇੱਕ ਹੈ, ਵਾਰੀ ਇੰਜ ਹੋ ਚੁੱਕਿਆ ਹੈ ਨਾ, ਕੋਠੀ ਵਾਲੇ ਨੇ ਕੀਤਾ। ਅੱਛਾ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਨਹੀਂ ਨਹੀਂ ਕਰਨਾ ਕੋਠੇ 'ਚ ਕੰਮ। ਠੀਕ ਹੈ, ਫਿਰ ਇੱਥੇ ਆ ਗਈਆਂ ਪੱਕੀ ਪੱਕੀ। ਇੱਥੇ ਕਿੰਨਾ ਕੋਈ ਪੈਸੇ ਕਮਾ ਲੈਣੀ ਆ। ਇੱਥੇ ਪੈਸੇ ਬਸ ਕਦੀ ਦਿਹਾੜੀ ਲੱਗ ਜਾਂਦੀ ਕਦੀ ਨਹੀਂ, ਉਹੀ ਹਵਾਈ ਰੋਜ਼ੀ ਵਾਲੇ ਹੀ ਹਿਸਾਬ ਹੈ ਸਾਰਾ। ਯਾਨੀ ਕਿ ਠੰਡਾ ਮੰਦਾ ਚੱਲਦਾ ਹੈ ਕੰਮ। ਹਾਂ ਅਸਲਾਮ ਵਾਲੇਕੁਮ ਵੀਵਰ, ਇਹ ਵੋ ਜਗ੍ਹਾ ਹੈ ਲਾਹੌਰ ਕੀ ਜਹਾਂ ਪਰ ਨਾ ਲੜਕੀਆਂ ਜਿਸਮ ਫਰੋਸ਼ੀ ਕਾ ਕਾਮ ਕਰਵਾਤੀ। ਆਜ ਮੈਂ ਸ਼ਾਹੀ ਮਹੱਲਾ ਮੈਂ ਮੌਜੂਦ ਹੂੰ, ਔਰ ਯੇ ਰੋਡੋਂ ਪਰ ਯਹਾਂ ਪਰ ਜੋ ਹੈ ਜਿਸਮ ਫਰੋਸ਼ੀ ਕਾ ਕਾਮ ਹੋਤਾ ਹੈ। ਤਕਰੀਬਨ ਸ਼ਾਮ ਕੇ 12-1 ਵਜੇ ਕਾ ਟਾਈਮ ਹੈ ਰਾਤ ਕਾ। ਯਹਾਂ ਪਰ ਅਭੀ ਇੱਕ ਲੜਕੀ ਮੌਜੂਦ ਹੈ, ਅਭੀ ਮੈਂ ਇਸੇ ਬੁਲਾਤਾ ਹੂੰ, ਪੁੱਛਤਾ ਹੂੰ। ਯੇ ਜ਼ਰਾ ਕੈਮਰਾਮੈਨ ਨੀਚੇ ਨੀਚੇ ਰੱਖੇ, ਨੀਚੇ ਨੀਚੇ ਰੱਖੇ, ਕਿਸੀ ਕੋ ਪਤਾ ਨਾ ਚੱਲੇ। ਹੈਲੋ, ਇੱਧਰ ਆਏ, ਇੱਧਰ ਆਓ। ਹਾਂ ਜੀ, ਕਿਆ अच्छा मैं करती हूँ फोन। हाँ हिसाब किताब है। अस्सलाम वालेकुम, कहीं गाड़ी में बैठेंगे? लेके जाना है? हाँ, ले जाएंगे, कोई अच्छा मसला ये नहीं। लाइट तो बंद करो। लाइट बंद ही है, लाइट बंद करते हैं, ये वैसे चल रही है। हाँ हाँ गाड़ी में बैठे, गाड़ी में बैठे, डील करते हैं, गाड़ी में बैठे। हाँ हाँ कितने लेके जाना? जी, जगह होती है आपके पास? नहीं होती? जगह तो बड़ी आने वाले बना तो सिंपल। अच्छा, तो मसला तो नहीं होगा। नहीं नहीं कोई मसला नहीं। अच्छा, टिब्बे वाली गली नहीं सुनी? टिब्बी वाली गली। अच्छा, हाँ कित है, हीरा मंडी है? अच्छा हीरा अच्छा मंडी से खलो के कह रहे हीरा मंडी से होएगी। अच्छा मैनू ये दस की हिसाब किताब है पर बंदे तो शॉर्ट और बंदर कितने टाइम शॉर्ट वास्ते ही या नाइट वास्ते? शॉर्ट शॉर्ट वास्ते 3,000 सिर्फ। ₹3,000। सही है, तो कदों तो ये काम करा रहे हो? 2 साल 2 साल हो गए। अच्छा सही है, ये ऐसी मजबूरी में मेरे दोस्त। मजबूरी, तानो नहीं पता बिल कितने पहुंच गए ने, किराए बिल हर चीज ते निकी निकी चीज तो सी टैक्स दे रहे हैं। आम बंदा निकी निकी चीज ते टैक्स दे रहे, तानो नहीं पता मजबूरी पूछ रहे। मजबूरियां तो फिर बढ़िया ने, अगर मजबूरियां पूछोगे तो तो मैंने ये दोस्तों किनिया क्या औरतें इतने चल दिया ने, ये काम करा दिया ने उठता ऐसे है। हले हुने एक मेरे नाल खड़ी सी ओते चली जाए चली गई है। नाइट तक, नाइट का की हिसाब है 10,000। 10,000 हाँ रुपये? गड्डी छड़ी तुसी 10,000 दे सकते। नहीं वैसे पूछ रही हूँ। अच्छा मैंने ये दसो कि इतने कोई पुलिस वाले तो डरते नहीं होंगे? नहीं नहीं पुलिस वाले होंगे, पता चलिया कि तुसी मिले होंगे वो पुलिस वाले ना। असी पुलिस वाले ना गल्ला करने लग पे ना, छापे ਕਹਿੰਦੇ ਨੇ ਛਾਪੇ। ਪੈਂਦੇ ਨੇ ਲੇਕਿਨ ਅਸੀਂ ਤਾਂ ਨਹੀਂ, ਸਾਡਾ ਕੰਮ ਰੁਕ ਜਾਂਦਾ, ਫਿਰ ਬੈਨ ਬੰਦ ਕਰ ਜਾਂਦੇ ਨੇ ਸਾਰੇ ਕੁਝ, ਤਾਲੇ ਲਾ ਜਾਂਦੇ ਨੇ ਸਾਡੇ ਤੇ ਕੰਮ ਰੁਕ ਜਾਂਦਾ। ਅੱਛਾ ਲੋ ਇਹ ਦਾ ਪਿਛਲੇ ਦਿਨੋਂ ਵੀ ਕਰ ਗਿਆ ਸੀ ਬੰਦ, ਆਏ ਅੱਛਾ ਸੀ ਪਤਾ ਨਹੀਂ ਕੌਣ ਸੀ ਉਹ। ਸਹੀ ਹੈ, ਤੇ ਪੁਲਿਸ ਵਾਲੇ ਖੁਦ ਵੀ ਆਉਂਦੇ ਨੇ ਕਿ ਨਹੀਂ? ਹਾਂ ਆਉਂਦੇ ਨੇ, ਖੁਦ ਵੀ ਆਉਂਦੇ ਨੇ, ਬੜੇ ਹੈਗੇ ਨੇ ਆਉਂਦੇ ਨੇ। ਅੱਛਾ ਖੁਦ ਹਾਂ ਵੀ ਆਉਂਦੇ ਨੇ? ਤੇ ਬੰਦ ਵੀ ਸਾਡਾ ਉਹ ਕਰ ਜਾਂਦੇ ਨੇ, ਅੱਛਾ, ਸ਼ਰਮ ਵੀ ਨਹੀਂ ਆਉਂਦੀ। ਤੇ ਪੁੱਛ ਦਿੰਦੇ ਵੀ ਹਨ ਕਿ ਨਹੀਂ? ਬਹੁਤ ਘੱਟ ਦੇਖਦੇ ਨੇ, ਅੱਛਾ ਦੇਖ ਕੇ ਜਾਂਦੇ ਐਨ ਅੱਛਾ ਪਾ ਜਾਂਦੇ ਨੇ। ਹਾਂ ਸਹੀ ਹੈ। ਕਿੰਨੇ ਭੈਣ ਭਰਾ ਹੋ? ਛੋਟੀ ਇੱਕ ਭੈਣ ਹੈਗੀ। ਅੱਛਾ ਸਹੀ ਹੈ, ਤੇ ਕੀ ਐਸੀ ਮਜਬੂਰੀ ਹੈ? ਮੈਨੂੰ ਇਹ ਦੱਸੋ, ਅਗਰ ਤੁਹਾਡਾ ਰਾਸ਼ਨ ਲਾ ਦਿੱਤਾ ਜਾਏ। ਅੱਛਾ, ਮਹੀਨੇ ਦਾ ਕਿੰਨਾ ਕੁ ਰਾਸ਼ਨ ਤੁਹਾਡਾ ਲੱਗ ਜਾਂਦਾ ਹੈ? ਛੋਟੀ ਜੀ ਫੈਮਿਲੀ, ਇੱਕ ਮਾਂ ਹੈ, ਇੱਕ ਭੈਣ ਹੋ, ਮਤਲਬ 3 ਭੈਣਾਂ ਸੀ, ਉਹਦੀ ਸ਼ਾਦੀ ਹੋ ਗਈ, ਅੱਛਾ ਹੁਣ ਇੱਕ ਭੈਣ ਹੈ, ਮੈਂ ਵੱਡੀ ਆ, ਤੇ ਉਹ ਸਹੀ ਹੈ। ਸਕੂਲ ਜਾਂਦੀ, ਤੇਰੀ ਚੱਲਣੀ, ਅਸੀਂ 3 ਜਾਣੀਆਂ ਬਸ, ਨਾ ਕੋਈ ਪਿਓ ਨਾ ਭਰਾ। ਤੇਰੀ ਮਾਂ ਨੂੰ ਵੀ ਪਤਾ ਹੈ ਕਿ ਨਹੀਂ? ਕੀ ਦੱਸ ਕੇ ਆਉਣੀਆਂ ਘਰੋਂ, ਕਿੱਥੇ ਚੱਲੀਆਂ? ਕੰਮ ਤੇ ਕੰਮ ਤੇ ਕਿੱਥੇ ਬਈ ਕੰਮ ਕਰਦੀਆਂ? ਕੋਈ ਫੈਕਟਰੀ ਕੰਮ ਕਰਦੀਆਂ? ਕੋਠੀ ਕੋਠੀ? ਦੇ ਵਿੱਚ, ਅੱਛਾ ਦੇਰ ਸਵੇਰ ਵੀ ਹੋ ਜਾਂਦੀ ਹੈ ਨਾ, ਤੇ ਫਿਰ ਮੈਂ ਹੀ ਕਹਿੰਦੀ ਹਾਂ ਕਿ ਮੈਂ, ਕਿਉਂਕਿ ਮੈਂ ਕੋਠੀ 'ਚ ਕੰਮ ਕਰ ਰਹੀ ਸੀ, ਇੱਕ ਅੱਛਾ, ਕੋਠੀ ਤੇ ਉਹ ਦਿਨ ਰਾਤ ਯਾਨੀ ਕਿ ਉੱਥੇ ਠੀਕ ਇੱਕ ਹੈ, ਵਾਰੀ ਇੰਜ ਹੋ ਚੁੱਕਿਆ ਹੈ ਨਾ, ਕੋਠੀ ਵਾਲੇ ਨੇ ਕੀਤਾ? ਅੱਛਾ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਨਹੀਂ ਨਹੀਂ ਕਰਨਾ ਕੋਠੇ 'ਚ ਕੰਮ। ਠੀਕ ਹੈ, ਫਿਰ ਇੱਥੇ ਆ ਗਈਆਂ ਪੱਕੀ ਪੱਕੀ। ਇੱਥੇ ਕਿੰਨਾ ਕੋਈ ਪੈਸੇ ਕਮਾ ਲੈਣੀ ਆ। ਇੱਥੇ ਪੈਸੇ ਬਸ ਕਦੀ ਦਿਹਾੜੀ ਲੱਗ ਜਾਂਦੀ ਕਦੀ ਨਹੀਂ, ਉਹੀ ਹਵਾਈ ਰੋਜ਼ੀ ਵਾਲੇ ਹੀ ਹਿਸਾਬ ਹੈ ਸਾਰਾ। ਯਾਨੀ ਕਿ ਠੰਡਾ ਮੰਦਾ ਚੱਲਦਾ ਹੈ ਕੰਮ। ਹਾਂ ਸਹੀ ਹੈ, ਸਹੀ ਹੈ, ਸਹੀ ਹੈ। ਤੇ ਕਦੀ ਅੱਛਾ ਡੇਲੀ ਦਾ ਇੱਕ ਕਸਟਮਰ ਵੀ ਆ ਜਾਂਦਾ, ਅੱਛਾ ਕਦੀ ਨਹੀਂ ਵੀ ਆਉਂਦਾ, ਕਦੀ 2-2 ਦਿਨ ਵੀ ਨਹੀਂ ਆਉਂਦਾ, ਅੱਛਾ ਕਿਉਂਕਿ ਕੋਈ ਇੱਕ ਕੁੜੀ ਨਹੀਂ ਨਾ ਹੈ, ਬਹੁਤ ਹੀ ਹੈ, ਅੱਛਾ ਬਹੁਤ ਨੇ ਇੱਥੇ ਭਰੀ ਪੂਰੀ ਹੀਰਾ ਮੰਡੀ ਭਰੀ ਪਈ ਪਈ ਹੈ। ਭਰੀ ਸਹੀ ਪਈ। ਹੈ। ਅੱਛਾ ਮੈਂ ਸੁਣਿਆ ਕਿ ਕੁੜੀਆਂ ਜਿਹੜੀਆਂ ਨਸ ਭੱਜ ਕੇ ਆਉਂਦੀਆਂ ਨੇ ਉਹ ਵੀ ਇੱਥੇ ਕਰਾ ਕੇ ਫਰੋਖਤ ਹੁੰਦੀਆਂ ਨੇ, ਵਿਕਦੀਆਂ ਨੇ? ਬਸ ਕਰਦੇ ਨੇ, ਸਾਰੀਆਂ ਮਜਬੂਰੀ ਦੀਆਂ ਮਾਰੀਆਂ ਆਉਂਦੀਆਂ ਨੇ, ਕਿਰਾਏ ਬਿੱਲ ਨਾਲ, ਕਿਸੇ ਦਾ ਬੰਦਾ ਛੱਡ ਗਿਆ, ਕਿਸੇ ਦਾ ਭਰਾ ਨਸ਼ਈਏ, ਕਿਸੇ ਦਾ ਕੋਈ ਕਮਾਉਣ ਵਾਲਾ ਹੀ ਨਹੀਂ ਹੈ, ਭਰਾ ਭਰੂ ਆ ਜਾਂਦੀਆਂ ਨੇ, ਫਿਰ ਵਿਚਾਰੀਆਂ ਇੱਥੇ ਅੱਕੀਆਂ ਸੜੀਆਂ, ਕਿਸੇ ਦਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ, ਸਾਰੀ ਮਜਬੂਰੀ ਮਾਰੀ ਕਰਦੀਆਂ।
इतनी सर्दी है तो कोई जैकेट जुकट भी नहीं पाई, ना कोई गर्म कपड़ा पाया है, एवं खड़ोती रहनी है सड़क। वास्ते एक पैसे होने चाहिए। तो सही है, चलो मैं थोड़ी ना थोड़ी जी कर दा मदद, कोई गल आइयो नहीं, फिर नहीं काम नहीं करना मैं निकल। तो बस। ये मेहरबानी ताड़ी है मेरी तेरी, तरफ से मदद है आपकी, हेल्प है, ऐसी और जब कुछ कोशिश, बुरा आया होंदा तो उन्हें कहना से चल चलिए। कोई मसला नहीं, आप बहन है हमारी, अल्लाह ताला आपकी मदद फरमाए, अल्लाह ताला आपके लिए आसानी पैदा फरमाए, आप ठीक है जाए मेरी बहन, अल्लाह आपकी मुश्किलें आसान फरमाए। मेहरबानी आप। जी भी बार यकीन माने तकलीफ होती है बहुत ज्यादा, सीधी सी बात है, जब ऐसी बहन बेटियों को देखते हैं कि यार मजबूरी की वजह से, खाने की वजह से, बिल की वजह से, पता नहीं हमारे हुक्मरानों ने मुल्क का क्या हाल कर दिया, अल्लाह माफ करे, तो बस तकलीफ होती है बहुत ज्यादा, कि अल्लाह ताला इनके लिए आसानी पैदा फरमाए, और कुछ अल्लाह ताला इनके लिए अच्छी असबाब पैदा फरमाए, इस तरीके से चले हेल्प कर दी है इनकी, कुछ ना कुछ हेल्प कर दी है, कि चले चलो दुआएं देगी और जनाह से बुराई से बच जाएगी, हमें भी सवाब का मौका मिल जाएगा, अल्लाह ताला सबको हिदायत अता फरमाए, तो अपने मेजबान दिलशाद हुसैन को इजाजत दे, मिलेंगे अगले प्रोग्राम में।